ਹੈਲੋ ਸ਼ਸ਼ੀਕਾਰ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੰਜਾਬ ਜੀ ਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਦੋ ਜ਼ਿਲ੍ਹੇ ਕਵਰ ਕਰਾਂਗੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟਰ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਆਪਣੀਆਂ ਕਈ ਵੀਡੀਓ ਜੋ ਕਿ ਜ਼ਿਲ੍ਹੇ ਵਾਈਜ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਇੱਕ ਇੱਕ ਡਿਸਟ੍ਰਿਕਟ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ ਉਹ ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀ ਕੇ ਮਾਡਰਨ ਹਿਸਟਰੀ ਤੇ ਪੋਲੀਟੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ ਤਾਂ ਜਾ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਅੱਜ ਦੇ ਜਿਹੜੇ ਆਪਣੇ ਦੋ ਜ਼ਿਲ੍ਹੇ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਬਹੁਤ ਇੰਪੋਰਟੈਂਟ ਨੇ ਇਹਨਾਂ ਦੇ ਨਾਲ ਰਿਲੇਟਡ ਜਿਹੜੇ MCQ ਆਪਾਂ ਨੂੰ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਨੇ ਤਾਂ ਦੋ ਜ਼ਿਲ੍ਹੇ ਕਵਰ ਕਰਨ ਦਾ ਇਹੀ ਮਕਸਦ ਹੈ ਕਿ ਤੁਹਾਡਾ ਟਾਈਮ ਹੈ ਜਿਹੜਾ ਉਹ ਉਹਦੀ ਕਦਰ ਕੀਤੀ ਜਾਵੇ ਉਹਨੂੰ ਬਚਾਇਆ ਜਾ ਸਕੇ ਠੀਕ ਹੈ ਜੀ ਤਾਂ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਜਿੰਨੇ ਕੁ ਕੁਐਸਚਨ ਪੁੱਛੇ ਜਾਂਦੇ ਨੇ ਓਨੇ ਕੁ ਕੁਐਸਚਨ ਹੀ ਆਪਾਂ ਤੁਹਾਡੇ ਅੱਗੇ ਰੱਖਣੇ ਆ ਠੀਕ ਹੈ ਫਾਲਤੂ ਕੰਟੈਂਟ ਆਪਾਂ ਕਵਰ ਨਹੀਂ ਕਰਨਾ ਠੀਕ ਹੈ ਜੀ ਤਾਂ ਜਿਹੜਾ ਜ਼ਿਲ੍ਹਾ ਇੰਪੋਰਟੈਂਟ ਹੁੰਦਾ ਹੈ ਵੱਡਾ ਹੁੰਦਾ ਜਿਹਦੇ ਚੋਂ ਜ਼ਿਆਦਾ ਆਪਾਂ ਨੂੰ ਕੁਐਸਚਨ ਪੁੱਛੇ ਜਾਂਦੇ ਨੇ ਉਹ ਆਪਾਂ ਇੱਕ ਜ਼ਿਲ੍ਹਾ ਕਵਰ ਕਰਦੇ ਹੁੰਦੇ ਆ ਤਾਂ ਜਿੰਨਾ ਵਿੱਚੋਂ 2 ਥੋੜੇ ਕੁਐਸਚਨ ਪੁੱਛੇ ਜਾਂਦੇ ਤਾਂ ਉਹ ਆਪਾਂ ਦੋ ਜ਼ਿਲ੍ਹੇ ਕਵਰ ਕਰ ਲੈਣਾ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਪਹਿਲੀ ਸਲਾਈਡ ਤੋਂ ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਕਿਸੇ ਵੀ ਜ਼ਿਲ੍ਹੇ ਦਾ ਕਿਸੇ ਵੀ ਸ਼ਹਿਰ ਦਾ ਓਵਰਵਿਊ ਲੈਨੇ ਆ ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਜਿਹੜੇ ਆਪਣੇ ਐਮਸੀਕਿਊ ਹੁੰਦੇ ਨੇ ਉਹ ਸਲਾਈਡ ਨਾਲ ਵੱਖਰੇ ਹੁੰਦੇ ਨੇ ਤੇ ਉਹਦੇ ਵਿੱਚ ਆਪਾਂ ਇੱਕ ਇੱਕ ਤਾਂ ਸਭ ਤੋਂ ਪਹਿਲਾ ਜਿਹੜਾ ਤੁਹਾਨੂੰ ਕੁਸ਼ਣ ਪੁੱਛ ਲਿਆ ਜਾਂਦਾ ਉਹ ਹੈ ਕਿ ਸ੍ਰੀ ਮੁਖਸਰ ਸਾਹਿਬ ਦਾ ਪੁਰਾਣਾ ਨਾਮ ਕੀ ਹੈ ਠੀਕ ਹੈ ਜੀ ਤਾਂ 올ਡ ਨੇਮ ਪੁੱਛ ਲਿਆ ਜਾਂਦਾ ਤਾਂ ਖਿਦਰਾਣਾ ਹੈਗਾ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਸ੍ਰੀ ਮੁਖਸਰ ਸਾਹਿਬ ਜੀ ਦਾ ਪੁਰਾਣਾ ਨਾਮ ਹੈ ਖਿਦਰਾਣਾ ਦੂਸਰਾ ਜਿਹੜਾ ਮੈਂ ਪੁਆਇੰਟ ਰੱਖਿਆ ਹੋਇਆ ਆਲਸੋ ਨੋਨ ਐਜ਼ ਖਿਦਰਾਣੀ ਦੀ ਢਾਬ ਠੀਕ ਹੈ ਜੀ ਇਹ ਵੀ ਤੁਹਾਨੂੰ ਕੁਸ਼ਣ ਡਾਇਰੈਕਟ ਆ ਜਾਂਦਾ ਕਿ ਖਿਦਰਾਣੀ ਦੀ ਢਾਬ ਦੇ ਨਾਮ ਨਾਲ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਤਾਂ ਸ੍ਰੀ ਮੁਖਸਰ ਸਾਹਿਬ ਨੂੰ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਕਿ ਮੁਕਸਰ ਸਾਹਿਬ ਦਾ ਨਾਂ ਜਿਹੜਾ ਪਿਆ ਹੈਗਾ ਉਹ ਕਿੰਨਾਂ ਦੇ ਨਾਮ ਤੋਂ ਬਾਅਦ ਪਿਆ ਤਾਂ ਉਹ ਜਿਹੜੇ 40 ਮੁਕਤੇ ਸੀ ਉਹਨਾਂ ਦੇ ਨਾਮ ਤੋਂ ਬਾਅਦ ਪਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਲੜਾਈ ਹੋਈ ਸੀ ਖਿਦਰਾਣੇ ਦੀ ਲੜਾਈ 1705 ਈਸਵੀ ਦੇ ਵਿੱਚ। ਤਾਂ ਜਿਹੜੇ ਉੱਥੇ 40 ਮੁਕਤੇ ਸ਼ਹੀਦ ਹੋ ਗਏ ਸੀ ਲੜਦੇ-ਲੜਦੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਸ਼ਹਿਰ ਦਾ ਨਾਮ ਪਿਆ ਸ੍ਰੀ ਮੁਕਸਰ ਸਾਹਿਬ ਠੀਕ ਹੈ ਜੀ। ਤਾਂ ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਮਾਗੀ ਮੇਲਾ ਤੇ ਘੋੜੀਆਂ ਦਾ ਮੇਲਾ ਇੱਥੋਂ ਦੇ ਮੇਲੇ ਬਹੁਤ ਫੇਮਸ ਨੇ ਠੀਕ ਹੈ ਜੀ। ਤਾਂ ਜਿਹੜਾ ਮਾਗੀ ਇੱਕ ਇਥੇ ਘੋੜੀਆਂ ਦਾ ਮੇਲਾ ਲੱਗਦਾ ਜਿੱਥੇ ਕਿ ਬਹੁਤ ਵਧੀਆ-ਵਧੀਆ ਨਸਲ ਦੀਆਂ ਘੋੜੀਆਂ ਆਉਂਦੀਆਂ ਠੀਕ ਹੈ ਤਾਂ ਉਹਦਾ ਪਿੰਡ ਪੁੱਛ ਲਿਆ ਜਾਂਦਾ ਆਪਾਂ ਨੂੰ ਤੇ ਕਿਹੜੇ ਪਿੰਡ ਲੱਗਦਾ ਲੰਬੀ ਢਾਬ ਪਿੰਡ ਹੈ ਇੱਕ ਮੁਕਸਰ ਸਾਹਿਬ ਦਾ ਤਾਂ ਉੱਥੇ ਲੱਗਦਾ ਠੀਕ ਹੈ ਜੀ ਤਾਂ ਆਪਾਂ ਜਿੰਨਾ ਕਿ ਡੀਪਲੀ ਹੋ ਸਕਦਾ ਆਪਾਂ ਤੁਹਾਨੂੰ ਓਨਾ ਡੀਪਲੀ ਕਵਰ ਕਰਵਾਉਣੀ ਹੈ ਠੀਕ ਹੈ ਜੀ ਤਾਂ ਫਾਲਤੂ ਆਪਾਂ ਕੁਝ ਵੀ ਤੁਹਾਨੂੰ ਇੱਕ ਵੀ ਪੁਆਇੰਟ ਕਵਰ ਨਹੀਂ ਕਰਵਾਉਂਦੇ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਲੀਸਟ ਪੋਪੂਲੇਸ਼ਨ ਡੈਂਸਿਟੀ ਠੀਕ ਹੈ ਇਹ ਜਿਹੜਾ ਕੁਐਸਚਨ ਹੈ ਤੁਸੀਂ ਅਕਸਰ ਹੀ ਪੇਪਰਾਂ ਦੇ ਵਿੱਚ ਦੇਖਿਆ ਹੋ ਉਹ ਹੈ ਸ਼੍ਰੀ ਮੁਕਸਰ ਸਾਹਿਬ ਦੀ ਡੈਂਸਿਟੀ ਦਾ ਮਤਲਬ ਹੁੰਦਾ ਕਿ ਏਰੀਆ ਬਹੁਤ ਜ਼ਿਆਦਾ ਹੈ ਤੇ ਇਥੇ ਲੋਕ ਬਹੁਤ ਘੱਟ ਰਹੇ ਰਏ ਆ ਠੀਕ ਹੈ ਜੀ ਤਾਂ ਲੀਸਟ ਪੋਪੂਲੇਸ਼ਨ ਡੈਂਸਿਟੀ ਹੈ ਜਿਹੜੀ ਉਹ ਸ਼੍ਰੀ ਮੁਕਸਰ ਸਾਹਿਬ ਦੀ ਹੈ ਤੁਸੀਂ ਯਾਦ ਰੱਖਣਾ ਅਗਲਾ ਜਿਹੜਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ ਉਹ ਹੈ ਮੱਤੇ ਦੀ ਸਰਾਏ ਇਹ ਆਪਣੇ ਦੂਜੇ ਗੁਰੂ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਇੱਥੇ ਬਰਥਪਲੇਸ ਹੈ ਠੀਕ ਹੈ ਇੱਥੇ ਉਹਨਾਂ ਦਾ ਜਨਮ ਹੋਇਆ ਹੈ ਮੱਤੇ ਦੀ ਸਰਾਏ ਜਾਂ ਇਹਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਸਰਾਏ ਨਾਗਾ ਇਹ ਪਿੰਡ ਦਾ ਨਾਮ ਹੈ ਠੀਕ ਹੈ ਜੀ ਤਾਂ ਮੱਤੇ ਦੀ ਸਰਾਏ ਹੈ ਜਾਂ ਸਰਾਏ ਨਾਗਾ ਇਹ ਤੁਹ ਗੁਰਦੁਆਰਾ ਸ਼੍ਰੀ ਮੁਕਸਰ ਸਾਹਿਬ ਜੀ ਦਾ ਅਸਲੀ ਨਾਮ ਕੀ ਹੈ ਵਾਟ ਇਜ਼ ਦੀ ਰੀਅਲ ਨੇਮ ਆਫ ਗੁਰਦੁਆਰਾ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਗੁਰਦੁਆਰਾ ਬੇਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਾਂ ਗੁਰਦੁਆਰਾ 40 ਮੁਕਤੇ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਆਪਣੇ ਐਮਸੀਕਿਊ ਹੁੰਦਾ ਹੈ ਉਹ ਸਲਾਈਡ ਨਾਲੋਂ ਵੱਖਰੇ ਹੁੰਦੇ ਨੇ ਤੇ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ ਠੀਕ ਹੈ ਜੀ ਤਾਂ ਇਹ ਤੁਹਾਨੂੰ ਇਹਦਾ ਨਾਮ ਪਤਾ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਦਾ ਠੀਕ ਹੈ ਜੀ ਜਿਹੜਾ ਸ਼੍ਰੀ ਮੁਕਸਰ ਸਾਹਿਬ ਜੀ ਦਾ ਦਰਬਾਰ ਸਾਹਿਬ ਹੈ ਠੀਕ ਹੈ ਤਾਂ ਉਹਦਾ ਨ ਦਾ ਆਨਸਰ ਹੈ ਜਿਹੜਾ ਆਨਸਰ ਨੰਬਰ 3 ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਪੇਪਰਾਂ ਦੇ ਵਿੱਚ ਡਾਇਰੈਕਟ ਕੁਐਸਚਨ ਆ ਸਕਦਾ ਠੀਕ ਹੈ ਬਹੁਤ ਇੰਪੋਰਟੈਂਟ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੂਸਰਾ ਜਿਹੜਾ ਆਪਣਾ ਕੁਐਸਚਨ ਆ ਦੂਸਰੇ ਸਿੱਖ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਕਿਹੜੇ ਜ਼ਿਲ੍ਹੇ ਵਿੱਚ ਹੈ ਜ਼ਿਲ੍ਹੇ ਵਿੱਚ ਪੁੱਛ ਲੈਂਦੇ ਆ ਤੁਹਾਨੂੰ ਠੀਕ ਹੈ ਦਾ ਬਰਥਪਲੇਸ ਆਫ ਸੈਕੰਡ ਸਿੱਖ ਗੁਰੂ ਅੰਗਦ ਦੇਵ ਜੀ ਸਿਟਿਏਟਡ ਇਨ ਵਿਚ ਡਿਸਟ੍ਰਿਕਟ ਜਦੋਂ ਤੁਹਾਨੂੰ ਜ਼ਿਲ੍ਹੇ ਵਿੱਚ ਪੁੱਛ ਲੈਂਦੇ ਤਾਂ ਆਪਾਂ ਉੱਥੇ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਜੀ ਅੰਮ੍ਰਿਤਸਰ ਰੋਪੜ ਫਤਿਹਗੜ੍ਹ ਸਾਹਿਬ ਜਾਂ ਮੁਕਸਰ ਸਾਹਿਬ ਠੀਕ ਹੈ ਤਾਂ ਵੈਸੇ ਤਾਂ ਆਪ ਨੂੰ ਪਤਾ ਹੁੰਦਾ ਕਿ ਇੱਥੇ ਹੋਇਆ ਜਨਮ ਠੀਕ ਹੈ ਬਟ ਜਦੋਂ ਜ਼ਿਲ੍ਹੇ ਵਿੱਚ ਪੁੱਛ ਲੈਂਦੇ ਤਾਂ ਥੋੜੇ ਜਿਹਾ ਆਪਾਂ ਕਨਫਿਊਜ਼ ਹੋ ਜਾਂਦੇ ਆ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਪਿੰਡ ਦਾ ਨਾਮ ਕੀ ਹੈ ਸਰਾਏ ਨਗਾ ਜਾਂ ਮੱਤੇ ਦੀ ਸਰਾਏ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਜਿਹ ਇਹ ਜਿਹੜਾ ਐਗਜ਼ੈਕਟ ਕੁਐਸਚਨ ਹੈ ਤੁਸੀਂ ਕਈ ਪੇਪਰਾਂ ਦੇ ਵਿੱਚ ਦੇਖਿਆ ਹੋਣਾ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟ ਹੈਵ ਲੀਸਟ ਪੋਪੂਲੇਸ਼ਨ ਡੈنسਿਟੀ ਇਹ ਅਕਸਰ ਹੀ ਪੁੱਛਿਆ ਜਾਂਦਾ ਹੈ ਤਾਂ ਅੰਮ੍ਰਿਤਸਰ ਰੋਪੜ ਫਤਿਹਗੜ੍ਹ ਸਾਹਿਬ ਜਾਂ ਸ੍ਰੀ ਮੁਕਸਰ ਸਾਹਿਬ ਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਸ੍ਰੀ ਮੁਕਸਰ ਸਾਹਿਬ ਠੀਕ ਹੈ ਜੀ ਤੇ ਇਹਦੀ ਲੀਸਟ ਪੋਪੂਲੇਸ਼ਨ ਡੈنسਿਟੀ ਹੈ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਮਾਗੀ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਠੀਕ ਹੈ ਇਹ ਐਗਜ਼ੈਕਟ ਕੁਐਸਚਨ ਆਪਾਂ ਨੂੰ ਆ ਜਾਂਦਾ ਹੈ ਮਾਗੀ ਮੇਲਾ ਇਸ ਸ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਮਾਗੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ ਤਾਂ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਆਪਣਾ ਜਿਹੜਾ ਕੁਐਸਚਨ ਹੈ ਘੋੜੀਆਂ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਘੋੜੀਆਂ ਦਾ ਮੇਲਾ ਠੀਕ ਹੈ ਤਾਂ ਇਹ ਡਾਇਰੈਕਟ ਕੁਐਸਚਨ ਤੁਹਾਨੂੰ ਜਿਹੜੇ ਪੰਜਾਬ ਦੇ ਸੱਭਿਆਚਾਰ ਵਿੱਚੋਂ ਨੇ ਹਨਾ ਤਾਂ ਇਹ ਤੁਹਾਨੂੰ ਆ ਸਕਦੇ ਨੇ ਡਾਇਰੈਕਟ ਕੁਐਸਚਨ ਇਹ ਤੁਹਾਨੂੰ ਪਤਾ ਹੋਣੀ ਚਾਹੀਦਾ ਘੋੜੀਆਂ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਮੇਲਿਆਂ ਦੇ ਉੱਤੇ ਆਪਾਂ ਇੱਕ ਸਪੈਸ਼ਲ ਸੀਰੀਜ਼ ਵੀ ਲੈ ਕੇ ਆਵਾਂਗੇ ਬਟ ਜਿਹੜੇ-ਜਿਹੜੇ ਆਪਾਂ ਜ਼ਿਲ੍ਹੇ ਨਾਲ ਰਿਲੇਟਡ ਜਿਹੜ ਘੋੜੀਆਂ ਦਾ ਮੇਲਾ ਕਿੱਥੇ ਲੱਗਦਾ ਹੈ ਜਿੱਥੇ ਬਹੁਤ ਵਧੀਆ-ਵਧੀਆ ਨਸਲ ਦੀਆਂ ਘੋੜੀਆਂ ਲੋਕ ਲੈ ਕੇ ਆਉਂਦੇ ਆ ਠੀਕ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਸ਼੍ਰੀ ਮੁਕਸਰ ਸਾਹਿਬ ਤੇ ਪਿੰਡ ਵੀ ਪੁੱਛ ਲਿਆ ਜਾਂਦਾ ਕਈ ਵਾਰੀ ਤਾਂ ਪਿੰਡ ਹੈ ਲੰਬੀ ਟਾਪ ਇਹ ਵੀ ਤੁਸੀਂ ਯਾਦ ਰੱਖਣਾ ਇਹ ਤੋਂ ਬਾਹਰ ਤੁਹਾਨੂੰ ਮੁਕਸਰ ਸਾਹਿਬ ਦੇ ਵਿੱਚੋਂ ਇੱਕ ਵੀ ਕੁਐਸਚਨ ਨਹੀਂ ਆਊਗਾ ਠੀਕ ਹੈ ਜੀ ਤਾਂ ਜਿੰਨੇ ਕੁਐਸਚਨ ਸੀ ਉਹ ਆਪਾਂ ਇਹਦੇ ਵਿੱਚ ਕਵਰ ਕਰ ਲਏ ਪੂਰੇ ਡੀਪਲੀ ਅਗਲਾ ਜਿਹੜਾ ਆਪਣਾ ਡਿਸਟ੍ਰਿਕਟ ਹੈ ਉਹ ਡਿਸਟ੍ਰਿਕਟ ਫਾਜ਼ਿਲਕਾ ਠੀਕ ਹੈ ਜੀ ਫਾਜ਼ਿਲਕਾ ਕਿਉਂਕਿ ਇਹ ਛੋਟੇ-ਛੋਟੇ ਮਤਲਬ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚੋਂ ਥੋੜੇ-ਥੋੜੇ ਆਪਾਂ ਨੂੰ ਕੁਐਸਚਨ ਕਈ ਵਾਰੀ ਪੁੱਛ ਪੁੱਛ ਲਏ ਜਾਂਦੇ ਨੇ ਤਾਂ ਕਰਕੇ ਆਪਾਂ ਇਹ ਦੋ ਜ਼ਿਲ੍ਹੇ ਕਵਰ ਕੀਤੇ ਨੇ ਠੀਕ ਹੈ ਜੀ ਤਾਂ ਫਾਜ਼ਿਲਕਾ ਦੇ ਬਾਰੇ ਕਈ ਜ਼ਿਲ੍ਹੇ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਫਾਊਂਡਰ ਨਹੀਂ ਪੁੱਛੇ ਜਾਂਦੇ ਇਹ ਨਹੀਂ ਹੈਗਾ ਆਪਾਂ ਹਰ ਇੱਕ ਜ਼ਿਲ੍ਹੇ ਦੀ ਫਾਊਂਡਰ ਆਪਾਂ ਉਹ ਕਰਾਂਗੇ ਤੇ ਜਿਨ੍ਹਾਂ ਦੇ ਪੁੱਛੇ ਜਾਂਦੇ ਨੇ ਉਹਨਾਂ ਦੇ ਆਪਾਂ ਫਾਊਂਡਰ ਆਪਾਂ ਕਵਰ ਕਰ ਲਏ ਨੇ ਠੀਕ ਹੈ ਹਰ ਇੱਕ ਜ਼ਿਲ੍ਹੇ ਦਾ ਫਾਊਂਡਰ ਦਾ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਤਾਂ ਫਾਜ਼ਿਲਕਾ ਦੇ ਬਾਰੇ ਪੁੱਛਿਆ ਜਾਂਦਾ ਕਿ ਆਪਣਾ ਕਿੰਨਾ ਡਿਸਟ੍ਰਿਕਟ ਦਾ ਹੈ 21ਵਾਂ ਡਿਸਟ੍ਰਿਕਟ ਹੈ ਕਦੋਂ ਬਣਿਆ ਸੀ 2011 ਦੇ ਵਿੱਚ 27 ਜੁਲਾਈ 2011 ਨੂੰ ਠੀਕ ਹੈ ਜੀ ਤਾਂ ਇਹ ਕਿੱਥੋਂ ਮਤਲਬ ਵਾਈਫਰਕਟ ਕਿਹੜੇ ਜ਼ਿਲ੍ਹੇ ਵਿੱਚੋਂ ਇਹਨੂੰ ਕੱਢਿਆ ਗਿਆ ਸੀਗਾ ਤਾਂ ਇਹ ਫਿਰੋਜ਼ਪੁਰ ਦੇ ਵਿੱਚੋਂ ਕੱਢ ਕੇ ਇਹ ਜ਼ਿਲ੍ਹਾ ਬਣਾਇਆ ਗਿਆਗਾ ਫਾਜ਼ਿਲਕਾ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਅਬੋਰ ਇਹਦੀ ਫੇਮਸ ਸਿਟੀ ਹੈ ਇਹਦੇ ਬਾਰੇ ਆਪਾਂ ਅੱਗੇ ਐਮਸੀਕਿਊ ਕਵਰ ਕਰਦੇ ਹਾਂ ਠੀਕ ਹੈ 슬ਾਈਡ ਦੇਖ ਕੇ ਤੁਸੀਂ ਸਕਿਪ ਨਾ ਕਰੋ ਅਬੋਰ ਬਾਰੇ ਬਹੁਤ ਐਮਸੀਕਿਊ ਇਹਦੇ ਵਿੱਚ ਰੱਖੇ ਹੋਏ ਨੇ ਆਪਾਂ ਅੱਗੇ ਕਵਰ ਕਰਦੇ ਹਾਂ ਕੁਐਸ ਤਾ ਕਿੰਨੂ ਪ੍ਰੋਡਕਸ਼ਨ ਦੇ ਲਈ ਬਹੁਤ ਫੇਮਸ ਹੈ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਹੈ ਫਾਜ਼ਿਲਕਾ ਦਾ ਜਿਹੜਾ ਸ਼ਹਿਰ ਹੈ ਅਬੂਰ ਇਹ ਬਹੁਤ ਫੇਮਸ ਹੈ ਕਿੰਨੂ ਪ੍ਰੋਡਕਸ਼ਨ ਸਿਟਰਸ ਫੂਡ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜਿਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਸਿਟਰਸ ਖੱਟੇ ਖੱਟੇ ਫਲ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਤਾਂ ਕਿੰਨੂ ਪ੍ਰੋਡਕਸ਼ਨ ਦੇ ਵਿੱਚ ਬਹੁਤ ਫੇਮਸ ਹੈ ਤਾਂ ਆਪਾਂ ਕਵਰ ਕਰਦੇ ਆ ਤੇ ਸਾਰੇ ਐਮਸੀਕਿਊ ਹਾਂ ਇਹ ਜਿਹੜਾ ਇਹਦੇ ਨਾਲ ਰਿਲੇਟਡਾ ਐਮਸੀਕਿਊ ਆ ਉਹ ਪੁੱਛਿਆ ਜਾਂਦਾ ਹੈ ਕਿ ਕਿਹੜੇ ਸ਼ਹਿਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ ਵਿਚ ਸਿਟੀ ਇਜ਼ ਕਾਲਡ ਕੈਲੀਫੋਰਨੀਆ ਆਫ ਪ ਇੰਪੋਰਟੈਂਟ ਕੁਐਸਚਨ ਹੈ ਇਹ ਕਈ ਵਾਰੀ ਆਇਆ ਹੋਇਆ ਹੈ ਪੇਪਰਾਂ ਦੇ ਵਿੱਚ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਜਾਂ ਅਬੋਰ ਠੀਕ ਹੈ ਤਾਂ ਜਿਹੜੇ ਜਦੋਂ ਆਪਾਂ ਇਹਨੂੰ ਪੜ੍ਹਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤਾਂ ਆਪਾਂ ਚੰਡੀਗੜ੍ਹ ਅੰਮ੍ਰਿਤਸਰ ਮਤਲਬ ਜਿਹੜੇ ਫੇਮਸ ਆਪਣੇ ਸ਼ਹਿਰ ਨੇ ਇਹਨਾਂ ਦੇ ਵਿੱਚੋਂ ਆਪਾਂ ਟਿੱਕ ਲਾਇਆ ਹੁੰਦੇ ਆ ਕਿ ਇਹਨਾਂ ਨੂੰ ਇਹਨਾਂ ਚੋਂ ਕਿਸੇ ਇੱਕ ਨੂੰ ਕਿਹਾ ਜਾਂਦਾ ਹੋਊਗਾ ਪੰਜਾਬ ਦਾ ਕੈਲੀਫੋਰਨੀਆ ਠੀਕ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਅਬੋਰ ਨੂੰ ਕਿਹਾ ਜਾਂਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਬੋਰ ਨੂੰ ਠੀਕ ਹੈ ਜੀ ਕਿਉਂਕਿ ਇਹ ਫੇਮਸ ਹੈ ਸਿਟਰਸ ਫੂਡ ਦੇ ਫਰੂਟਸ ਦੇ ਲਈ ਠੀਕ ਹੈ ਪ੍ਰੋਡਕਸ਼ਨ ਜਿਹੜੀ ਇਹਦੀ ਕਿੰਨੂ ਦੀ ਪ੍ਰੋਡਕਸ਼ਨ ਹੈ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਸਿਟਰਸ ਫਰੂਟ ਨੇ ਜਿਹੜੇ ਖੱਟੇ ਫਲ ਹੁੰਦੇ ਨੇ ਆਪਣੇ ਤਾਂ ਬਹੁਤ ਜ਼ਿਆਦਾ ਉਹਦੀ ਇੱਥੇ ਪੈਦਾਵਾਰ ਹੁੰਦੀ ਹੈ ਅਬੋਰ ਦੇ ਵਿੱਚ ਤਾਂ ਇਹਨੂੰ ਕਿਹਾ ਜਾਂਦਾ ਪੰਜਾਬ ਦਾ ਕੈਲੀਫੋਰਨੀਆ ਅਬੋਰ ਕਿਹੜੇ ਜ਼ਿਲ੍ਹੇ ਚ ਹੈ ਫਾਜ਼ਿਲਕਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਦੂਸਰਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਨਰਮੇ ਦੀ ਮੰਡੀ ਹੈ ਵਿੱਚ ਆਫ ਦੀ ਫੋਲੋਇੰਗ ਡਿਸਟ੍ਰਿਕਟ ਇਸ ਦਾ బిਗੇਸਟ ਕਾਟਨ ਮਾਰਕੀਟ ਆਫ ਇੰਡੀਆ ਠੀ ਨਰਮੇ ਦੀ ਮੰਡੀ ਅੰਮਰਸਾ ਰੋਪੜ ਫਾਜ਼ਿਲਕਾ ਜਾਂ ਲੁਧਿਆਣਾ ਤਾਂ ਜ਼ਿਲ੍ਹੇ ਵਿੱਚ ਪੁੱਛਿਆ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਫਾਜ਼ਿਲਕਾ ਠੀਕ ਹੈ ਜੀ ਫਾਜ਼ਿਲਕਾ ਜ਼ਿਲ੍ਹਾ ਬਟ ਸ਼ਹਿਰ ਕਿਹੜਾ ਹੈ ਅਬੂਰ ਠੀਕ ਹੈ ਜੇ ਤੁਹਾਨੂੰ ਸ਼ਹਿਰ ਆ ਜੇ ਤਾਂ ਸ਼ਹਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸ਼ਹਿਰ ਕਿਹੜਾ ਸ਼ਹਿਰ ਹੈ ਉਹ ਤਾਂ ਉਹ ਅਬੂਰ ਸ਼ਹਿਰ ਹੈ ਠੀਕ ਹੈ ਜੀ ਅਬੂਰ ਦੇ ਵਿੱਚ ਹੈ ਸਭ ਤੋਂ ਵੱਡੀ ਮੰਡੀ ਕਾਟਨ ਦੀ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਕਾਲੇ ਹਿਰਨ ਲਈ ਮਸ਼ਹੂਰ ਹੈ ਠੀਕ ਹੈ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟ ਇਜ਼ ਫੇਮ ਠੀਕ ਹੈ ਇਹ ਤੁਹਾਨੂੰ ਪਤਾ ਬਲੈਕਬੱਕ ਕੀ ਆਪਣੇ ਪੰਜਾਬ ਦਾ ਨੈਸ਼ਨਲ ਐਨੀਮਲ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬਲੈਕਬੱਕ ਅੰਮ੍ਰਿਤਸਰ ਰੋਪੜ ਫਾਜ਼ਿਲਕਾ ਜਾਂ ਲੁਧਿਆਣਾ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਜੀ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਫਾਜ਼ਿਲਕਾ ਠੀਕ ਹੈ ਜੀ ਤਾਂ ਫਾਜ਼ਿਲਕਾ ਦੇ ਵਿੱਚ ਕੀ ਬਣੀ ਹੋਈ ਹੈ ਅਬੋਰ ਵਾਈਲਡ ਲਾਈਫ ਸੈਂਚਰੀ ਬਣੀ ਹੋਈ ਹੈ ਠੀਕ ਹੈ ਅਬੋਰ ਦੇ ਵਿੱਚ ਤਾਂ ਅਬੋਰ ਹੀ ਸ਼ਹਿਰ ਹੈ ਅਬੋਰ ਬਹੁਤ ਫੇਮਸ ਸ਼ਹਿਰ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਸ਼ਨਲ ਐਨੀਮਲ ਆਪਣਾ ਬਲੈਕਬੱਕ ਠੀਕ ਹੈ ਜੀ ਇਹ ਵੀ ਤੁਹਾਨੂੰ ਪਤਾ ਹੋਣਾ ਹੈ ਆਪਾਂ ਇੱਕ ਵੀ ਕੁਐਸਚਨ ਇਹ ਹੋ ਜਾਣੀ ਹੈਗਾ ਜਿਹੜਾ ਫਾਲਤੂ ਹੋਵੇ ਠੀਕ ਹੈ ਜੇਕਰ ਮੈਂ ਐਮਸੀਕਿਊ ਬਣਾਉਣੇ ਹੁੰਦੇ ਤਾਂ ਮੈਂ ਇੱਕ ਜ਼ਿਲ੍ਹੇ ਚੋਂ 10 ਐਮਸੀਕਿਊ ਵੀ ਬਣਾ ਸਕਦਾ ਸੀ ਬਟ ਫਾਲਤੂ ਕੰਟੈਂਟ ਤੁਹਾਨੂੰ ਕਵਰ ਕਰਾਉਣ ਦਾ ਕੋਈ ਫਾਇਦਾ ਨਹੀਂ ਜਿਹੜਾ ਤੁਹਾਡੇ ਪੇਪਰ ਦੇ ਨਾਲ ਜਿਹਦਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਤਾਂ ਆਪਾਂ ਉਹ ਕੰਟੈਂਟ ਹੀ ਕਵਰ ਕਰਾਂਗੇ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਕਿਨੂਆਂ ਦੀ ਕਾਸਟ ਵਿੱਚ ਮਸ਼ਹੂਰ ਹੈ ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟ ਇਜ਼ ਫੇਮਸ ਫੋਰ ਇਟਸ ਕਿਨੂ ਠੀਕ ਹੈ ਜੇਕਰ ਸ਼ਹਿਰ ਪੁੱਛ ਲੈਣ ਤਾਂ ਸ਼ਹਿਰ ਵੀ ਆ ਸਕਦਾ ਤੁਹਾਨੂੰ ਠੀਕ ਹੈ ਇਹ ਨਹੀਂ ਹੈਗਾ ਵੀ ਜ਼ਿਲ੍ਹਾ ਹੀ ਆਊਗਾ ਤੁਹਾਨੂੰ ਸ਼ਹਿਰ ਆ ਸਕਦਾ ਕਿ ਕਿਹੜਾ ਸ਼ਹਿਰ ਮਸ਼ਹੂਰ ਹੈ ਤਾਂ ਉਹ ਹੈ ਅਬੋਰ ਠੀਕ ਹੈ ਜੀ ਕੈਲੀਫੋਰਨੀਆ ਕਿਹਾ ਜਾਂਦਾ ਇਹਨੂੰ ਜਿਹਨੂੰ ਪੰਜਾਬ ਦਾ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ ਫਾਜ਼ਿਲ ਕਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚੋਂ ਬਣਿਆ ਠੀਕ ਹੈ ਇਹ ਤੁਹਾਨੂੰ ਪੁੱਛ ਸਕਦੇ ਆ ਠੀਕ ਹੈ ਫਾਜ਼ਿਲਗਾਜ਼ ਵਾਈਫਰ ਕਿਡ ਫਰਮ ਵਿਚ ਡਿਸਟ੍ਰਿਕਟ ਆਫ ਪੰਜਾਬ ਤਾਂ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਜਾਂ ਮੁਕਤਸਰ ਸਾਹਿਬ ਕਿਉਂਕਿ ਇਹ ਜ਼ਿਲ੍ਹੇ ਸਾਰੇ ਨਾਲ-ਨਾਲ ਲੱਗਦੇ ਨੇ ਨ ਠੀਕ ਹੈ ਤਾਂ ਇਸ ਕੁਸ਼ਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਫਿਰੋਜ਼ਪੁਰ ਦੇ ਵਿੱਚੋਂ ਠੀਕ ਹੈ ਜੀ ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਸੀ ਆਪਣਾ ਕੰਪਲੀਟ ਹੋ ਗਿਆ ਦੋ ਜ਼ਿਲ੍ਹੇ ਆਪਣੇ ਕਵਰ ਕਰ ਲਏ ਇਹ ਦੋ ਜ਼ਿਲ੍ਹਿਆਂ ਦੇ ਵਿੱਚੋਂ ਇੰਨਾ ਕੁਸ਼ਨਾਂ ਦੇ ਵਿੱਚੋਂ ਇੱਕ ਵੀ ਕੁਸ਼ਨ ਤੁਹਾਨੂੰ ਬਾਹਰੋਂ ਨਹੀਂ ਆਊਗਾ ਠੀਕ ਹੈ ਜੀ ਤਾਂ ਜੇਕਰ ਜਿਹੜਾ ਆਪਣਾ ਫਾਜ਼ਿਲਕਾ ਤੇ ਮੁਕਸਰ ਸਾਹਿਬ ਹੈ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੁਸ਼ਨ ਆਉਂਦਾ ਤਾਂ ਆਪਣੇ ਸੈਸ਼ਨ ਤੋਂ ਇੱਕ ਵੀ ਕੁਸ਼ਨ ਬਾਹਰ ਨਹੀਂ ਆਊਗਾ ਤੁਹਾਨੂੰ ਠੀਕ ਹੈ ਜੀ ਤਾਂ ਇਹਦੇ ਵਿੱਚੋਂ ਹੀ ਆਊਗਾ ਜਿੰਨਾ ਵੀ ਆਊਗਾ ਤਾਂ ਵੀਡੀਓ ਨੂੰ ਦੋ ਤਿੰਨ ਵਾਰ ਦੇਖ ਲਓ ਤਾਂ ਕਿ ਤੁਹਾਡੀ ਜਿਹੜੀ ਰਿਵੀਜ਼ਨ ਹੈ ਉਹ ਵਧੀਆ ਤਰੀਕੇ ਨਾਲ ਹੋ ਸਕੇ ਠੀਕ ਤਾਂ ਆਪਣੇ ਨੋਟਸ ਜਿਹੜੇ ਉਹ ਖੁਦ ਬਣਾਓ ਜੇਕਰ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰਦਿਆ ਕਰੋ ਅਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ